ਸਾਰੇ ਲੀਡਰਾਂ ਦਾ ਇੱਕ ਇੱਕ ਬੱਚਾ ਫੌਜ ਵਿੱਚ ਆਰਮੀ ਵਿੱਚ ਭਰਤੀ ਹੋਵੇ, ਦੇਸ਼ ਭਗਤੀ, ਦੇਸ਼ ਭਗਤੀ ਸਾਰਿਆਂ ਦਾ ਇੱਕ ਇੱਕ ਬੱਚਾ ਭਰਤੀ ਹੋਵੇ। ਚੱਲ ਜੇ ਪੁੱਤ ਨਾ ਹੋਵੇ, ਚੱਲ ਭਤੀਜਾ ਹੋਵੇ, ਕੋਈ ਤੇ ਫਿੱਟ ਹੋਏਗਾ ਹੀ ਕਿ ਸਾਰੇ ਹੀ ਢਿੱਡਲ ਨੇ, ਫਿੱਟ ਕੋਈ ਤੇ ਹੋਏਗਾ ਹੀ ਵੀ ਚੱਲ ਪੁੱਤ ਨੀ, ਸੁਣੋ ਪੁੱਤ ਨੀ ਤੇ ਚੱਲ ਭਤੀਜਾ ਹੀ ਸਹੀ, ਭਤੀਜਾ ਨੀ ਭਾਣ ਜਾ ਹੀ ਸਹੀ। ਅੱਛਾ ਸਾਡੇ ਵਾਲੇ ਲੀਡਰਾਂ ਦੇ ਵੀ ਏਦਾਂ ਰਿਸ਼ਤੇਦਾਰ ਹੋਣ ਸਾਰੇ, ਉਧਰ ਪਾਕਿਸਤਾਨ ਵਾਲਿਆਂ ਦੇ ਵੀ ਲੀਡਰਾਂ ਦੇ ਸਾਰੇ ਰਿਸ਼ਤੇਦਾਰ ਆਰਮੀ ਚ ਭਰਤੀ ਹੋਣ ਸਾਰਿਆਂ ਦੇ, ਵੀ ਸਾਰੇ ਲੀਡਰ ਹੀ ਉਹ ਮੰਨਾਂਗੇ ਭਾਈ ਤੁਹਾਡਾ ਕੋਈ ਦੇਸ਼ ਭਗਤੀ, ਉਹਦੇ ਵੀ ਭਰਤੀ ਹੋਵੋ। ਅੱਛਾ ਇਧਰਲੇ ਕਾਕੇ ਤੇ ਉਧਰਲੇ ਵੀ ਕਾਕੇ ਲੀਡਰਾਂ ਦੇ ਭਰਤੀ ਹੋ ਗਏ, ਫਿਰ ਕੀ ਹੋਣਾ ਹੈ? ਕਹਿੰਦੇ ਜੰਗ ਤੇ ਹੋਊਗੀ ਪਰ ਪਹਿਲਾਂ ਕਾਕੇ ਅੱਗੇ ਲੱਗਣਗੇ ਸਾਰਿਆਂ ਦੇ। ਲੈ ਤੁਸੀਂ ਚੇਤਾ ਰੱਖਿਓ, ਜੰਗ ਹੋਣੀ ਹੋਈ ਨੀ, ਫਿਰ ਜੰਗ ਨੀ ਫਿਰ ਹੁੰਦੀ, ਕਿਉਂਕਿ ਹੁਣ ਹੁਣ ਲੋਕਾਂ ਦੇ ਮਰਨੇ ਨੇ। ਆਖੋ ਸਤਨਾਮ, ਇਹ ਇਹ ਇਸ਼ਾਰਾ ਸਮਝਿਓ ਜਰਾ ਗੱਲ ਕੀ ਕਹਿ ਰਿਹਾ ਮੈਂ। ਹੁਣ ਲੋਕਾਂ ਦੇ ਮਰਨੇ ਨੇ, ਹੁਣ ਮਾਵਾਂ ਦੇ ਪੁੱਤ ਘਰਾਂ ਚ ਆਉਣੀਆਂ ਨੇ ਲਾਸ਼ਾਂ। ਗੱਲ ਇਧਰਲਿਆਂ ਜਾਂ ਉਧਰਲਿਆਂ ਦੀ ਨਹੀਂ, ਗੱਲ ਇਧਰਲਿਆਂ ਜਾਂ ਉਧਰਲਿਆਂ ਦੀ ਨਹੀਂ ਕਰ ਰਹੇ, ਨਾ ਅਸੀਂ ਉਹਨਾਂ ਦੀ ਵੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਅਸੀਂ ਜਾਂ ਕੋਈ ਗੱਲ ਨਹੀਂ ਹੈ। ਤੇ ਜਦੋਂ ਜੰਗਾਂ ਲੱਗਦੀਆਂ ਨੇ ਇਹ ਸਭ ਕੁਝ ਚੱਲਦਾ ਹੈ, ਜੇ ਉਹ ਧੱਕਾ ਕਰਨਗੇ ਤੇ ਠੀਕ ਹੈ, ਇਹ ਤੇ ਫਾਇਰਿੰਗ ਹੋਣੀ ਹੈ, ਲੜਾਈ ਹੋਣੀ ਹੈ, ਝਗੜਾ ਹੋਣਾ ਹੈ, ਪਰ ਜੇ ਕਿਤੇ ਸਿਸਟਮ ਏਦਾਂ ਦਾ ਹੋਵੇ, ਸਿਸਟਮ ਏਦਾਂ ਦਾ ਬਣਿਆ ਹੋਵੇ ਵੀ ਅੱਗੇ ਇਹ ਲੱਗਣਗੇ, ਅੱਗੇ ਅੱਗੇ ਲੱਗੋ ਬਈ, ਫਿਰ ਚੱਲਦੇ ਆ। ਮਗਰ ਸਾਰਾ ਦੇਸ਼ ਤੁਹਾਡੇ ਨਾਲ ਹੈ, ਆਜੋ ਅੱਗੇ, ਪਰ ਬਿਆਨ ਨਹੀਂ ਦੇਣਾ। ਪਿਤਾ ਜੀ ਬਿਆਨ ਦੇਣਗੇ ਤੇ ਕਾਕਾ ਜੀ ਅੱਗੇ ਲੱਗਣਗੇ। ਆਖੋ ਸਤਨਾਮ, ਫਿਰ ਲੱਗੂ ਪਤਾ, ਫਿਰ ਲੱਗੂ ਪਤਾ ਵੀ ਲੱਗਦੀ ਹੈ ਕਿ ਨਹੀਂ ਲੱਗਦੀ, ਫਿਰ ਪਤਾ ਲੱਗੂ ਵੀ ਜੰਗ ਹੁਣ ਲੱਗਦੀ ਹੈ ਕਿ ਨਹੀਂ ਲੱਗਦੀ। ਨਾ ਜੀ ਨਾ, ਉਹਦੀ ਕਹਿਣਗੇ ਮੋੜ ਚੱਲੋ ਮੋੜ, ਉਧਰਲਿਆਂ ਨੂੰ ਵੀ ਕਹਿਣਾ ਪੈਣਾ ਕਿ ਅਗਲਿਆਂ ਉਹਨਾਂ ਦੇ ਵੀ ਕਾਕੇ ਅੱਗੇ ਨੇ। ਏਦਾਂ ਹੀ ਇਹ ਵੇਖੋ, ਸੋਚੋ ਗੱਲ, ਇਹ ਸਮਝੋ।